9 ਵਜੇ ਦੀ ਗੱਲ ਆਈ ਅੱਗੋਂ ਦੀ ਲੰਗ ਰਹੀ ਸੀ ਥੋੜੀ ਜਿਹੀ ਅੱਗੇ ਗਏ ਇੱਕੋ ਤਾਂ ਮਵਾਜਾਂ ਆਈਆਂ ਡਿੱਗਨ ਦੀਆਂ ਤੇ ਬੁੜੀਆਂ ਵਾਰ ਭੱਜ ਗਈਆਂ ਅਸੀਂ ਫਿਰ ਮੋੜ ਕੇ ਲੰਦਾ ਦੇਖਿਆ ਪੈਲਸ ਡਿੱਗ ਗਿਆ ਪੂਰੀ ਤਰ੍ਹਾਂ ਤੇ ਅਸੀਂ ਸਾਰਾ ਕੁਝ ਪਤਾ ਕੀਤਾ ਵੀ ਕੋਈ ਕੋਈ ਜਾਣ ਨੀ ਮਾਨੀ ਨੁਕਸਾਨ ਤਾਂ ਨਹੀਂ ਕੋਈ ਬੰਦਾ ਪਹਿਲਾਂ ਤਾਂ ਸਾਨੂੰ ਕਹਿ ਰਹੇ ਸੀ ਵੀ ਦੋ ਤਿੰਨ ਬੰਦੇ ਹੈਗੇ ਨੇ ਅੰਦਰ ਪਰ ਜਦੋਂ ਅਸੀਂ ਦੇਖਿਆ ਸਾਰਾ ਵਿੱਚ ਕੋਈ ਹੈ ਨਹੀਂ ਸੀ ਪਰ ਪੈਲਸ ਪੂਰੀ ਤਰ੍ਹਾਂ ਢੇਰੀ ਹੋ ਗਿਆ ਸਭ ਜਮੇ ਤੂਫਾਨ ਉਹਨਾਂ ਦਾ ਕੋਈ ਐ ਲੱਗਿਆ ਸਾਨੂੰ ਵੀ ਸਾਰੇ ਅਸੀਂ ਬਾਹਰ ਨਿਕਲੇ ਜੀ ਭਾਈ ਜੇ ਮੈਂ ਹਵਾਈ ਜਾ ਟਿੱ ਗਿਆ ਨਾ ਤਾਂ ਤਾਂ ਐ ਪ੍ਰੈਸ਼ਰ ਚ ਜਾਵਾਦਾ ਅੱਛਾ ਸਾਰੇ ਅੰਦਰ ਸੀ ਤੁਸੀਂ ਅਸੀਂ ਅੰਦਰ ਸੀਗੇ ਸਾਰੇ ਇਹਦਾ ਜਦੋਂ ਇੱਥੋਂ ਖੜਕਾ ਹੋਣ ਲੱਗੇ ਤਾਂ ਤਾਂ ਭੱਜ ਕੇ ਬਾਹਰ ਗਏਾਂਗੇ ਵੀ ਚਲੋ ਹਲੇ ਬਰਾਤ ਨਹੀਂ ਸੀ ਆਈ ਵੀ ਇਹਨਾਂ ਵੀ ਬੱਚਤਰੇ ਵੀ ਬਹੁਤ ਸ਼ੁਕਰੀਆ ਵੀ ਪ੍ਰਮਾਤਮਾ ਦਾ ਹਲੇ ਵੀ ਬਹੁਤ ਨੁਕਸਾਨ ਹੋ ਜਾਂਦਾ ਜੇ 4 ਘੰਟੇ ਬਾਅਦ ਚ ਡਿੱਗਦਾ ਫਿਰ ਤਾਂ ਸਾਰੇ ਦੱਬੇ ਜਾਂਦੇ ਮੁਲਾਜ਼ਮ ਜਿਹੜੇ ਨੇ ਖੜਕਾ ਸੁਣਦੇ ਆ ਤਾਂ ਉਹ ਇੱਕੋ ਦਮ ਬਾਹਰ ਨੂੰ ਭੱਜਦੇ ਆ ਤਾਂ ਬਾਹਰ ਭੱਜ ਕੇ ਆਪਣੀ ਜਾਨ ਜਿਹੜੀ ਆ ਬਚਾਉਂਦੇ ਨੇ ਪਰ ਜਿਹੜਾ ਨੁਕਸਾਨ ਆਰਥਿਕ ਨੁਕਸਾਨ ਕਿੰਨਾ ਕੁ ਹੋਇਆ ਉਸ ਦਾ ਕੋਈ ਵੀ ਹਜੇ ਤੱਕ ਅੰਦਾਜ਼ਾ ਨਹੀਂ ਹੈ ਜਿਹੜੇ ਪੈਲਸ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਿ ਉਹ ਪਹੁੰਚ ਰਹੇ ਨੇ ਜਿਨ੍ਹਾਂ ਦਾ ਇਹ ਪੈਲਸ ਹੈ ਤਾਂ ਹੁਣ ਜਿਹੜਾ ਨੁਕਸਾਨ ਹੈ ਉਸ ਦਾ ਅੰਦਾਜ਼ਾ ਕੀ ਹੈ ਉਹ ਤੁਸੀਂ ਖੁਦ ਦੇਖ ਸਕਦੇ ਹੋ ਵੀ ਪੂਰਾ ਪੈਲਸ ਜਿਹੜਾ ਟੜ ਢੇਰੀ ਹੋਇਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜਾਨਾ ਸਪੋਕਸਮੈਨ ਤੇ ਮੈਂ ਪਰਮਦੀ ਪ੍ਰਾਣਾ ਅੱਜ ਮਾਨਸਾ ਦੇ ਵਿੱਚ ਸਵੇਰੇ ਇੱਕ ਵੱਡਾ ਹਾਦਸਾ ਹੋਣੋਂ ਟਲਦਾ ਇੱਕ ਮਦਰ ਮੇਲਨ ਪੈਲਸ ਜਿੱਥੇ ਵਿਆਹ ਸ਼ਾਦੀਆਂ ਹੁੰਦੀਆਂ ਆ ਉਹ ਦੇਖ ਲਓ ਤਸਵੀਰ ਤੁਸੀਂ ਟਾਟੇਰੀ ਹੋਇਆ ਪਿਆ ਮਾਨਸਾ ਦੀ ਤਸਵੀਰ ਜਿਹੜੀ ਹੈ ਬਹੁਤ ਹੀ ਭਿਆਨਕ ਤਸਵੀਰ ਹੈ ਇਸ ਦੇ ਵਿੱਚ ਮੁਲਾਜ਼ਮ ਵੀ ਜਿਹੜੇ ਸੀ ਉਹ ਕੰਮ ਕਰ ਰਹੇ ਸੀ ਤਾਂ ਪਿੱਛੇ ਕੈਮਰਾਮੈਨ ਨੂੰ ਕਹੂੰਗਾ ਵੀ ਸਾਰਾ ਜਿਹੜਾ ਇੱਕ ਵਾਰ ਦ੍ਰਿਸ਼ ਹੈ ਉਹ ਦਿਖਾ ਦਿੱਤਾ ਜਾਵੇ ਪਰ ਜਿਹੜੀ ਬਿਲਡਿੰਗ ਹੈ ਸਾਰੀ ਟਾਹਟੇਰੀ ਹੋ ਚੁੱਕੀ ਹੈ ਇਹ ਮਾਨਸਾ ਦਾ ਮਦਰ ਮਿਲਨ ਪੈਲੇਸ ਹੈ ਪਰ ਜਿੱਥੇ ਕਹਿ ਸਕਦੇ ਆ ਵੀ ਕੋਈ ਜਾਨੀ ਮਾਲੀ ਨੁਕਸਾਨ ਇਸ ਜਗ੍ਹਾ ਦੇ ਵਿੱਚ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਪੈਲੇਸ ਮਾਨਸਾ ਦੇ ਵਿੱਚ ਡਿੱਗ ਚੁੱਕਿਆ ਤੇ ਅੱਜ ਮਾਨਸਾ ਦਾ ਇਹ ਪੈਲੇਸ ਜਿਹੜਾ ਟਾਹਟੇਰੀ ਹੋਇਆ ਸਾਡੇ ਨਾਲ ਮੌਕੇ ਤੇ ਜਿਹੜੇ ਚਸ਼ਮਦੀਦ ਨੇ ਜਿਨ੍ਹਾਂ ਨੇ ਇਹ ਦੇਖਿਆ ਕੀ ਹੋਇਆ ਸਾਰੀ ਗੱਲਬਾਤ ਕਰਦਿਆਂ ਕੀ ਨਾਮ ਹੈ ਅਨਿਕੇਤ ਜੀ ਅਨੇਕ ਕਿਤੇ ਕੀ ਮੇ ਹੋਇਆ ਸਾਰਾ ਇਹ ਸਾਰਾ ਮੈਂ ਟਪਰੇ ਸੀ 9 ਵਜੇ ਦੀ ਗੱਲ ਆਈ ਅੱਗੋਂ ਦੀ ਲੰਗ ਰਹੀ ਸੀ ਥੋੜੀ ਜਿਹਾ ਅੱਗੇ ਗਏ ਇੱਕੋ ਤੇ ਮ ਆਵਾਜ਼ਾਂ ਆਈਆਂ ਡਿੱਗਨ ਦੀਆਂ ਤੇ ਬੁੜੀਆਂ ਵਾਰ ਭੱਜ ਗਈਆਂ ਅਸੀਂ ਫਿਰ ਮੋੜ ਕੇ ਲੰਦਾ ਦੇਖਿਆ ਪੈਲਸ ਡਿੱਗ ਗਿਆ ਪੂਰੀ ਤਰ੍ਹਾਂ ਤੇ ਅਸੀਂ ਸਾਰਾ ਕੁਝ ਪਤਾ ਕੀਤਾ ਵੀ ਕੋਈ ਕੋਈ ਜਾਣ ਨੀਮਾਨੀ ਨੁਕਸਾਨ ਤਾਂ ਨਹੀਂ ਕੋਈ ਬੰਦਾ ਪਹਿਲਾਂ ਤਾਂ ਸਾਨੂੰ ਕਹਿ ਰਹੇ ਸੀ ਵੀ ਦੋ ਤਿੰਨ ਬੰਦੇ ਹੈਗੇ ਨੇ ਅੰਦਰ ਪਰ ਜਦੋਂ ਅਸੀਂ ਦੇਖਿਆ ਸਾਰਾ ਵਿੱਚ ਕੋਈ ਹੈ ਨਹੀਂ ਸੀ ਪਰ ਪੈਲਸ ਪੂਰੀ ਤਰ੍ਹਾਂ ਢੇਰੀ ਹੋ ਗਈ ਤਾਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਪਿਆਨਕ ਨਹੀਂ ਜਿੱਥੇ ਇਹ ਪੂਰਾ ਪੈਲਸ ਜਿਹੜਾ ਹੈ ਟਾਹਟੇਰੀ ਹੋਇਆ ਪਿਆ ਕਹਿ ਸਕਦੇ ਆਂ ਵੀ ਜਿੰਨਾ ਜਿਹੜੇ ਬੰਦੇ ਇੱਥੇ ਕੰਮ ਕਰ ਰਹੇ ਸੀ ਉਹ ਸਾਰੇ ਸੇਫ ਹੋ ਚੁੱਕੇ ਨੇ ਇੱਕੋ ਦਮ ਜਦੋਂ ਆਵਾਜ਼ ਆਉਂਦੀ ਆ ਤਾਂ ਸਾਰੇ ਜਿਹੜੇ ਵਰਕਰ ਸੀ ਇੱਥੇ ਕੰਮ ਕਰ ਰਹੇ ਸੀ ਪੂਰੀ ਬਿਲਡਿੰਗ ਜਿਹੜੀ ਆ ਟਾਹਟੇਰੀ ਹੋ ਚੁੱਕੀ ਆ ਤਸਵੀਰਾਂ ਬਹੁਤ ਹੀ ਜ਼ਿਆਦਾ ਦਰਦਨਾਕ ਵੀ ਨੇ ਤੇ ਬਚਤ ਇੰਨੀ ਕੁ ਰਹੀ ਆ ਕਿ ਜਿਹੜੇ ਬੰਦੇ ਇੱਥੇ ਕੰਮ ਕਰ ਰਹੇ ਸੀ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਵੀ ਪਹੁੰਚੇ ਨੇ ਤਾਂ ਪੂਰਾ ਜਿਹੜਾ ਇਸ ਦਾ ਤਸਵੀਰ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਪੈਲਸ ਜਿਹੜਾ ਉਹ ਟਹਿ ਢੇਰੀ ਹੋਇਆ ਪਿਆ ਤੇ ਜਿਹੜੇ ਕੰਮ ਕਰ ਰਹੇ ਸੀ ਮੁਲਾਜ਼ਮ ਇਸ ਦੇ ਵਿੱਚ ਉਹ ਇੱਕੋ ਦਮ ਭੱਜ ਕੇ ਬਾਹਰ ਆਉਂਦੇ ਨੇ ਤਾਂ ਉਹਨਾਂ ਦਾ ਬਚਾਅ ਹੋ ਜਾਂਦਾ ਤਸਵੀਰਾਂ ਮਾਨਸਾ ਦੇ ਮਦਰ ਮਿਲਨ ਪੈਲਸ ਦੀਆਂ ਨੇ ਜਿੱਥੇ ਮੁਲਾਜ਼ਮ ਵੀ ਕੰਮ ਕਰ ਰਹੇ ਸੀਗੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਇਹ ਦੱਸਿਆ ਕਿ ਉਹ ਭੱਜ ਕੇ ਆਪਣਾ ਬਚਾਅ ਕਰਦੇ ਨੇ ਤੇ ਪੂਰਾ ਪੈਲਸ ਜਿਹੜਾ ਉਹ ਟਹਿ ਢੇਰੀ ਹੋ ਜਾਂਦਾ ਇਹ ਮੁਲਾਜ਼ਮ ਨੇ ਕੀ ਨਾਮ ਹੈ ਗੋਗੀ ਹੈ ਜੀ ਕਿਉਂਕਿ ਕੰਮ ਕਰ ਰਹੇ ਸੀ ਤੁਸੀਂ ਹਾਂਜੀ ਹਾਂਜੀ ਕੀ ਹੋਇਆ ਸਾਰਾ ਦੱਸਿਓ ਕੁਦਰਤੀ ਡਿੱਪਈ ਕਿਹੜੀ ਚੱਕੀ ਜੀ ਕਿਵੇਂ ਪਤਾ ਲੱਗਦਾ ਤੇ ਕਿਵੇਂ ਬਚਾ ਹੁੰਦਾ ਸਾਰਾ ਸਰ ਜਮੇ ਤੂਫਾਨ ਆਉਂਦਾ ਤਾਂ ਕੋਈ ਐ ਲੱਗਿਆ ਸਾਨੂੰ ਵੀ ਸਾਰੇ ਅਸੀਂ ਬਾਹਰ ਨਿਕਲੇ ਜੀ ਹਵਾ ਹੀ ਆ ਡਿੱਗਿਆ ਨਾ ਭਾਂ ਜਮੇ ਹਵਾਈ ਆ ਡਿੱਗਿਆ ਨਾ ਤਾਂ ਤਾਂ ਐ ਪ੍ਰੈਸ਼ਰ ਸੀ ਹਵਾ ਦਾ ਅੱਛਾ ਸਾਰੇ ਅੰਦਰ ਸੀ ਤੁਸੀਂ ਅਸੀਂ ਅੰਦਰ ਸੀਗੇ ਸਾਰੇ ਇਹਦਾ ਜਦੋਂ ਇੱਥੇ ਖੜਕਾ ਹੋਣ ਲੱਗੇ ਤਾਂ ਤਾਂ ਭੱਜ ਕੇ ਬਾਹਰ ਗਏਾਂਗੇ ਅੱਛਾ ਤੇ ਫਿਰ ਬਚਤ ਰਹੀ ਕਿ ਸਾਰੇ ਮੁੰਡੇ ਸਾਰੇ ਭੱਜ ਲੇ ਅੱਛਾ ਕਹਿ ਸਕਦੇ ਵੀ ਕੋਈ ਅੰਦਰ ਕੋਈ ਬੰਦਾ ਕੋਈ ਕੁਝ ਨਹੀਂ ਹੈਗਾ ਅੰਦਰ ਹੀ ਸਾਰਾ ਓਕੇ ਅੰਦਰ ਕੁਝ ਨਹੀਂ ਹੈਗਾ ਸਾਰੇ ਬੰਦੇ ਮਤਲਬ ਬਾਹਰ ਆ ਗਏ ਸਾਰੇ ਬੰਦੇ ਬਾਹਰ ਆ ਗਏ ਸੀ ਹੈਗੇ 20 25 ਮੁੰਡੇ ਕੰਮ ਕਰਨ ਵਾਲੇ ਸੀਗੇ ਅਸੀਂ ਸਾਰਾ ਸਟਾਫ ਕੰਮ ਕਰੀ ਜਾਂਦਾ ਸੀ ਅੰਦਰ ਵੈਸੇ ਇਹ ਖੜਕਾ ਜਾ ਹੋਇਆ ਇੱਕ ਵਾਰੀ ਵੀ ਐਵੇਂ ਲੱਗੇ ਵੀ ਕੁਝ ਚੱਲ ਗਿਆ ਵੀ ਅੰਦਰ ਸਿਲੰਡਰ ਦਾ ਭਲੇਖ ਲੱਗੇ ਵੀ ਇੱਕ ਵਾਰੀ ਤਾਂ ਸਿਲੰਡਰ ਚੱਲਦਾ ਲੱਗਦਾ ਸਾਨੂੰ ਅਸੀਂ ਇੱਕਦਮ ਚੌਂਕ ਕੇ ਵੀ ਕੀ ਚੀਜ਼ ਹੋ ਗਈ ਜੀ ਸਾਰੇ ਹੌਲੀ ਹੌਲੀ ਫਿਰ ਆਪਣਾ ਮੌਕਾ ਭੱਜਣ ਦਾ ਸਭ ਨੂੰ ਮੌਕਾ ਮਿਲ ਗਿਆ ਵੀ ਖੜਕੇ ਦੇ ਤੌਰ ਤੇ ਇੱਕ ਵਾਰ ਕਿੰਨੇ ਕ ਵਜੇ ਦੀ ਗੱਲ ਬਾਤ ਇਸ ਵੀਰੇ ਹੈਗੀ ਜੀ ਸਾਢੇ 8 ਵਜੇ ਦੀ ਜੀ ਪੌਣੇ 9 ਵਜੇ ਦੇ ਟਾਈਮ ਦੇ ਵਿੱਚ ਇਹ ਇੰਨਾ ਟਾਈਮ ਸੀਗਾ ਸਵਾ ਸਵਾ ਵੀ ਚਲੋ ਹਲੇ ਬਰਾਤ ਨਹੀਂ ਸੀ ਆਈ ਵੀ ਇੰਨਾ ਵੀ ਬਚਤ ਰਹੀ ਵੀ ਬਹੁਤ ਸ਼ੁਕਰੀਆ ਵੀ ਪ੍ਰਮਾਤਮਾ ਦਾ ਹਲੇ ਵੀ ਨੁਕਸਾਨ 52 ਨੁਕਸਾਨ ਹੋ ਜਾਂਦਾ ਜੇ 4 ਘੰਟੇ ਬਾਅਦ ਚ ਡੇਗਦਾ ਫਿਰ ਤਾਂ ਸਾਰੇ ਦੱਬੇ ਜਾਂਦੇ ਤਾਂ ਬਿਲਕੁਲ ਇੱਥੋਂ ਦੇ ਜਿਹੜੇ ਮੁਲਾਜ਼ਮ ਕੰਮ ਕਰਨ ਵਾਲੇ ਨੇ ਉਹ ਦੱਸ ਰਹੇ ਨੇ ਕਿ ਇੱਥੇ ਇਹ ਕੰਮ ਕਰ ਰਹੇ ਸੀ ਤਾਂ ਇੱਕੋ ਦਮ ਆਵਾਜ਼ ਆਉਂਦੀ ਹੈ ਇਦਾਂ ਲੱਗਦਾ ਕਿ ਕੋਈ ਸਿਲੰਡਰ ਫਟਿਆ ਤਾਂ ਇਹ ਛੱਤ ਜਿਹੜੀ ਹੈ ਉਹ ਟਹਿਟੇਰੀ ਹੋ ਜਾਂਦੀ ਹੈ ਪੂਰਾ ਜਿਹੜਾ ਤਹਸ ਨਹਸ ਹੋਇਆ ਨਜ਼ਰ ਆਉਂਦਾ ਤੁਹਾਨੂੰ ਤਸਵੀਰ ਜਿਹੜੀ ਹੈ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਹਾਲ ਅੱਜ ਇਸ ਪੈਲਸ ਦਾ ਹੋਇਆ ਤਾਂ ਮੁਲਾਜ਼ਮ ਦੱਸ ਰਹੇ ਨੇ ਕਿ ਕੰਮ ਕਰ ਰਹੇ ਸੀ ਉਹ ਕੰਮ ਕਰ ਰਹੇ ਸੀ ਤਾਂ ਉਸ ਮੌਕੇ ਇਹ ਡਿੱਕੇ ਟਾਟੇਰੀ ਹੋ ਜਾਂਦਾ ਤਾਂ ਨੁਕਸਾਨ ਜਿਹੜੀਆਂ ਕੁਰਸੀਆਂ ਨੇ ਅੰਦਰ ਜਿਹੜੀਆਂ ਤਿਆਰੀਆਂ ਸੀ ਉਹ ਸਾਰੀਆਂ ਨਜ਼ਰ ਆ ਰਹੀਆਂ ਨੇ ਤਸਵੀਰ ਮਾਨਸਾ ਦੇ ਉਸ ਪੈਲਸ ਦੀ ਹੈ ਜੋ ਅੱਜ ਸਵੇਰੇ 8:00 ਵਜੇ ਟਾਟੇਰੀ ਹੋ ਗਿਆ ਤੇ ਵੱਡਾ ਨੁਕਸਾਨ ਹੁਣੋ ਟਲਿਆ ਕਿਉਂਕਿ ਨੁਕਸਾਨ ਜੇ ਆਰਥਿਕ ਪੱਖੋਂ ਕਹੀਏ ਤਾਂ ਇਹ ਪੈਲਸ ਡਿੱਗ ਚੁੱਕਿਆ ਪਰ ਜਿਹੜਾ ਕੋਈ ਜਾਨੀਮਾਲੀ ਨੁਕਸਾਨ ਇਸ ਜਗ੍ਹਾ ਦੇ ਵਿੱਚ ਨਹੀਂ ਹੋਇਆ ਜਿਹੜੇ ਮੁਲਾਜ਼ਮ ਇੱਥੇ ਕੰਮ ਕਰ ਰਹੇ ਸੀ ਤਾਂ ਉਹਨਾਂ ਦਾ ਬਚਾਅ ਹੋਇਆ ਕਿਉਂਕਿ ਉਹ ਭੱਜ ਕੇ ਆਪਣੀ ਜਾਨ ਬਚਾਉਂਦੇ ਹੋਏ ਸਾਰੇ ਬਾਹਰ ਆਉਂਦੇ ਨੇ ਤਾਂ ਦੇਖਣਾ ਇਹ ਹੈ ਵੀ ਜਿਹੜੀ ਗੱਲ ਪੈਲਸਾਂ ਦੀ ਕੀਤੀ ਜਾਂਦੀ ਆ ਤਾਂ ਪੈਲਸ ਜਿਹੜਾ ਅੱਜ ਢਹਿ ਢੇਰੀ ਹੋਇਆ ਤਾਂ ਵੱਡਾ ਨੁਕਸਾਨ ਹੋਇਆ ਗਾਇਸ ਇਸ ਪੈਲਸ ਦਾ ਪਰ ਜਾਨੀ ਮਾਲੀ ਨੁਕਸਾਨ ਇਸ ਜਗ੍ਹਾ ਦੇ ਉੱਪਰ ਨਹੀਂ ਪਾਇਆ ਗਿਆ ਤਾਂ ਬਚਤ ਕਰਦੇ ਨੇ ਜਦੋਂ ਮੁਲਾਜ਼ਮ ਜਿਹੜੇ ਨੇ ਖੜਕਾ ਸੁਣਦੇ ਆ ਤਾਂ ਉਹ ਇੱਕੋ ਦਮ ਬਾਹਰ ਨੂੰ ਭਜਦੇ ਆ ਤਾਂ ਬਾਹਰ ਭੱਜ ਕੇ ਆਪਣੀ ਜਾਨ ਜਿਹੜੀ ਆ ਬਚਾਉਂਦੇ ਨੇ ਪਰ ਜਿਹੜਾ ਨੁਕਸਾਨ ਆਰਥਿਕ ਨੁਕਸਾਨ ਕਿੰਨਾ ਕੁ ਹੋਇਆ ਉਸ ਦਾ ਕੋਈ ਵੀ ਹਜੇ ਤੱਕ ਅੰਦਾਜ਼ਾ ਨਹੀਂ ਹੈ ਜਿਹੜੇ ਪੈਲਸ ਦੇ ਮਾਲਕ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਿ ਉਹ ਪਹੁੰਚ ਰਹੇ ਨੇ ਜਿਨ੍ਹਾਂ ਦਾ ਇਹ ਪੈਲਸ ਹੈ ਤਾ ਹੁਣ ਜਿਹੜਾ ਨੁਕਸਾਨ ਹੈ ਉਸ ਦਾ ਅੰਦਾਜ਼ਾ ਕੀ ਹੈ ਉਹ ਤੁਸੀਂ ਖੁਦ ਦੇਖ ਸਕਦੇ ਹੋ ਵੀ ਪੂਰਾ ਪੈਲਸ ਜਿਹੜਾ ਟੜ ਢੇਰੀ ਹੋਇਆ ਪਰ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਹੈ ਜਿੰਨੇ ਵੀ ਮੁਲਾਜ਼ਮ ਇੱਥੇ ਕੰਮ ਕਰ ਰਹੇ ਸੀ ਉਹ ਸਾਰੇ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ ਇਸ ਤਰ੍ਹਾਂ ਦੇ ਹਾਦਸੇ ਬਹੁਤ ਵਾਰ ਮਾਨਸਾ ਦੇ ਵਿੱਚ ਵਾਪਰੇ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਮਾਨਸਾ ਦਾ ਇੱਕ ਪੈਲਸ ਇਸੇ ਤਰ੍ਹਾਂ ਡਿੱਗ ਜਾਂਦਾ ਤੇ ਅੱਜ ਮਾਨਸਾ ਦਾ ਇੱਕ ਹੋਰ ਪੈਲਸ ਜਿਸ ਦਾ ਨਾਮ ਮਦਰ ਮਿਲਨ ਪੈਲਸ ਹੈ ਉਹ ਅੱਜ ਸਵੇਰੇ 8 ਵਜੇ ਦੇ ਕਰੀਬ ਡਿੱਗਦਾ ਤੇ ਮੁਲਾਜ਼ਮ ਸਾਰੇ ਬਚ ਜਾਂਦੇ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪ੍ਰਾਣਾ ਰਜਾਣਾ ਸਪੋਕ